जी अलग मैं इस टाइम हम मौजूद हैं सफराबाद शाहकोट का सराउंडिंग एरिया यहाँ पर कड़कन वागा गाँव है यहाँ पर विजिट करने के लिए आए हैं बंद गोभी की क्रॉप है हमारे एक फार्मर हैं जिन्होंने ये वरायटी लगाई हुई है ਆਇਨਸੇ ਪੁੱਛਤੇ ਹੈ ਕਿ ਵੈਰਾਈਟੀ ਕੌਨਸੀ ਲਗਾਈ ਹੈ ਇਹਨੋ ਨੇ ਵੈਰਾਈਟੀ ਦੇ ਬਾਰੇ ਮੈਂ ਕੀ ਕਰਦੇ ਹੈ ਅਸਲਾਮੁਅਲੈਕਮ ਜੀ ਵਾਲਕੁਮ ਸਲਾਮ ਕਿਨਾ ਮੈਂ ਭਾਜਨ ਤੁਹਾਡਾ ਅਲਮੁਅਲੈਕਮ ਗੁਲਾਮ ਅਲੀ ਭਾਈ ਗੁਲਾਮ ਅਲੀ ਭਈਆ ਬੰਦ ਗੋਭੀ ਦੀ ਕਿਹੜੀ ਵੈਰਾਈਟੀ ਲਗਾਈ ਤੁਸੀਂ ਰੋਕਾ ਰੋਕਾ ਅਰ ਸ਼ੀ ਸੀਡ ਫਾਰਮ ਗੁਜਰਾਹ ਲੈ ਦਿਜੀ ਜੀ ਸਰ ਜੀ ਠੀਕ ਹੈ ਅੱਛਾ ਵੈਰਾਈਟੀ ਦੇ ਬਾਰੇ ਚ ਕੀ ਕਹਿੰਦੇ ਹੋ ਭਾਜਨ ਵੈਰਾਈਟੀ ਕਿੰਨੇ ਦਿਨਾਂ ਚ ਤਿਆਰ ਹੋਈ ਹੈ ਇਹਦੀ ਸ਼ਕਲ ਇਹਦਾ ਸਾਈਜ਼ ਇਹਦੀ ਸਖਤੀ ਮਤਲਬ ਕਿ ਫਰੂਟਿੰਗ ਦੀ ਟਾਈਟਨੈਸ ਦੇ ਹਾਲੇ ਨਲਕੀ ਕਹਿਣਾ ਚਾਹੋਗੇ ਕਿ 75 ਦਿਨਾਂ ਚ ਤਿਆਰ ਹੋ अच्छी तैयार हो रही है मतलब कोई बीमारी ਦਾ ਜਾਂ ਕੋਈ ਬਰਸਟਿੰਗ ਦਾ ਹਵਾਲਾ ਠੀਕ ਤਿਆਰ ਹੋ ਰਹੀ ਹੈ ਠੀਕ ਤਿਆਰ ਹੋ ਰਹੀ ਹੈ ਵੈਰਾਈਟੀ ਦੇ ਹਵਾਲੇ ਨਾਲ ਮੁਤਮਨ ਹੋ ਹਾਂਜੀ ਠੀਕ ਹੈ ਐਡਾ ਸਖਤ ਫੁੱਲ ਗਿਆ ਇਸ ਤਰ੍ਹਾਂ ਦੀ ਇਨੇ ਟਾਈਮ ਫਰੇਮ ਚ ਤਿਆਰ ਹੋਣ ਲਈ ਹੋਰ ਅੱਗੇ ਕੋਈ ਵੈਰਾਈਟੀ ਲਗਾਈ ਹੈ ਜਿਹਦੇ ਮੁਕਾਬਲੇ ਦੇਖਦੇ ਹੋ ਠੀਕ ਹੈ ਇਹ ਠੀਕ ਹੈ ਅੱਛਾ ਵੀ ਤੇ ਅੱਛਾ ਰਿਜ਼ਲਟ ਹੈ ਇਸਕਾ ਅੱਛਾ ਵੀ ਜੇ ਇਹਨੂੰ ਅੱਗੇ ਫਿਰ ਅਸੀਂ ਸਮਝੀਏਗੇ ਇਹਨੂੰ ਲਗਾਓਗੇ ਅੱਗੇ ਵੀ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਇਨਸ਼ਾਅੱਲਾ ਤਾਲਾ